ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੀ ਇਹ ਕੈਲੀਫੋਰਨੀਆ ਦੇ ਵਿੱਚ ਸਿਟੀ ਆਫ ਫਾਸਟਰ ਸਿਟੀ ਇੱਕ ਆ ਇਧਰ 101 ਇਧਰਲੇ ਪਾਸੇ ਨੂੰ ਜਿਹੜਾ ਉਹ ਬੇਦੇਰ ਦੇਰ ਦਾ ਬੇ ਸਿਟੀ ਬੇ ਏਰੀਆ ਦੀ ਸਿਟੀਆਂ ਦੇ ਵਿੱਚੋਂ ਆ ਉਥੋਂ ਦੀ ਸਿਟੀ ਹੁਣ ਸੋਚ ਰਹੀ ਆ ਵੀ ਜਿਹੜੀਆਂ ਉੱਥੇ ਗੀਸ ਹੈਗੀਆਂ ਆ ਉਹਨਾਂ ਨੂੰ ਮਾਰ ਦਿੱਤਾ ਜਾਵੇ ਲੋਕ ਕਹਿੰਦੇ ਤੰਗ ਪਰੇਸ਼ਾਨ ਆ ਗਏ ਸੀ ਉਹਨਾਂ ਦੀਆਂ ਡਰਾਪਿੰਗਸ ਤੋਂ ਬਿਠਾਂ ਤੋਂ ਅ ਕਹਿੰਦੇ ਵੀ ਉਹਨਾਂ ਨੇ ਲਾਈਟਸ ਫੈਨਸ ਡੌਗਸ ਕਈ ਕੁਝ ਜਿਹੜੇ ਆ ਉਹ ਤਰੀਕੇ ਵਰਤੇ ਵੀ ਇਹ ਜਿਹੜੀਆਂ ਗੀਸ ਹੈਗੀਆਂ ਆ ਬਤਾਂ ਕਰਗੀਆਂ ਜਿਹੜੀਆਂ ਲੱਗਦੀਆਂ ਆ ਵੀ ਇਹ ਆਉਣੀਆਂ ਬੰਦ ਹੋਣ ਪਰ ਕਹਿੰਦੇ ਵੀ ਇਵੈਂਚੁਅਲੀ ਇਦਾਂ ਫੈਸਲਾ ਸ਼ਾਇਦ ਲੈ ਰਹੇ ਆ ਵੀ ਜਿਹੜੀਆਂ ਸੈਂਕੜੇ ਗੀਸ ਆ ਉਹ ਜਿਹੜਾ ਖਲਾਰਾ ਗੰਦ ਪਾਉਂਦੀਆਂ ਆ ਉਸ ਨੂੰ ਮਾਰ ਕੇ ਹੀ ਹੁਣ ਕੰਮ ਮੁਕਾਇਆ ਜਾਵੇ ਕੈਨੇਡੀਅਨ ਗੀਸੇ ਹੈਗੀ ਆ ਉੱਥੇ ਜਿਹੜੀ ਕਿ ਉੱਥੇ ਬੀਚੀਜ਼ ਤੇ ਪਾਰਕਸ ਦੇ ਵਿੱਚ ਇਸ ਟਾਈਮ ਲੋੜੋਂ ਵੱਧ ਕਹਿੰਦੇ ਆ ਫੈਲ ਚੁੱਕੀ ਹੈਗੀ ਆ ਤੇ ਬਹੁਤ ਸਾਰੀਆਂ ਚੀਜ਼ਾਂ ਦੇ ਵਰਤਨ ਦੇ ਬਾਵਜੂਦ ਵੀ ਉੱਥੋਂ ਨਹੀਂ ਜਾ ਰਹੀ ਸੋ ਉਸ ਪ੍ਰੋਬਲਮ ਨੂੰ ਹਟਾਉਣ ਦੇ ਲਈ ਇਹ ਜਿਹੜਾ ਕਰਨਾ ਪੈ ਰਿਹਾ ਉੱਥੇ ਪਰ ਇੱਕ ਡਾਇਰੈਕਟ ਐਕਸ਼ਨ 에ਵਰੀਵੇਅਰ ਇੱਕ ਗਰੁੱਪ ਆ ਜਿਹੜਾ ਨੇਚਰ ਦੇ ਨਾਲ ਜਾਂ ਵਾਈਲਡ ਲਾਈਫ ਦੇ ਨਾਲ ਸੰਬੰਧਿਤ ਆ ਉਹਨਾਂ ਨੇ ਕਿਹਾ ਵੀ ਗੀਸ ਇਹ ਵੀ ਵਾਈਲਡ ਲਾਈਫ ਆ ਤੇ ਇਹਨਾਂ ਦੀ ਵੀ ਜ਼ਮੀਨ ਹੈਗੀ ਆ ਸੋ ਆਪਾਂ ਨੂੰ ਇਹ ਕਦਮ ਨਹੀਂ ਜਿਹੜਾ ਚੱਕਣਾ ਚਾਹੀਦਾ ਫਾਸਟਰ ਸਿਟੀ ਦਾ ਕਹਿੰਦੇ ਵੀ ਇਹ ਆਂਗਾ ਤੇ ਇਹਨਾਂ ਨੂੰ ਇਸ ਕਰਕੇ ਮਾਰਨਾ ਨਹੀਂ ਚਾਹੀਦਾ ਹੈਗਾ ਸੋ ਹਾਲ ਦੀ ਘੜੀ ਜੇ ਫੈਸਲਾ ਤਾਂ ਨਹੀਂ ਲਿਆ ਗਿਆ ਪਰ ਕਹਿੰਦੇ ਵੀ ਇੱਕ ਇੱਕ ਜਿਹੜੀ ਰਿਪੋਰਟ ਇਹ ਆ ਰਹੀ ਆ ਵੀ ਇਦਾਂ ਦੇ ਪਰਮਿਟ ਲੈਂਡ ਦੇ ਲਈ ਫਾਸਟਰ ਸਿਟੀ ਵੱਧ ਰਹੀ ਆ ਜਿਸ ਦੇ ਨਾਲ ਇਹਨਾਂ ਗੀਸ ਨੂੰ ਮਾਰਿਆ ਜਾ ਸਕੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੀ ਇਹ ਕੈਲੀਫੋਰਨੀਆ ਦੇ ਵਿੱਚ ਸਿਟੀ ਆਫ ਫਾਸਟਰ ਸਿਟੀ ਇੱਕ ਆ ਇਧਰ 101 ਇਧਰਲੇ ਪਾਸੇ ਨੂੰ ਜਿਹੜਾ ਉਹ ਬੇਦੇਰ ਦੇਰ ਦਾ ਬੇ ਸਿਟੀ ਬੇ ਏਰੀਆ ਦੀ ਸਿਟੀਆਂ ਦੇ ਵਿੱਚੋਂ ਆ ਉਥੋਂ ਦੀ ਸਿਟੀ ਹੁਣ ਸੋਚ ਰਹੀ ਆ ਵੀ ਜਿਹੜੀਆਂ ਉੱਥੇ ਗੀਸ ਹੈਗੀਆਂ ਆ ਉਹਨਾਂ ਨੂੰ ਮਾਰ ਦਿੱਤਾ ਜਾਵੇ ਲੋਕ ਕਹਿੰਦੇ ਤੰਗ ਪਰੇਸ਼ਾਨ ਆ ਗਏ ਸੀ ਉਹਨਾਂ ਦੀਆਂ ਡਰਾਪਿੰਗਸ ਤੋਂ ਬਿਠਾਂ ਤੋਂ ਆ ਕਹਿੰਦੇ ਵੀ ਉਹਨਾਂ ਨੇ ਲਾਈਟਸ ਫੈਨਸ ਡੌਗਸ ਕਈ ਕੁਝ ਜਿਹੜੇ ਆ ਉਹ ਤਰੀਕੇ ਵਰਤੇ ਵੀ ਇਹ ਜਿਹੜੀਆਂ ਗੀਸ ਹੈਗੀਆਂ ਆ ਬਤਾਂ ਕਰਗੀਆਂ ਜਿਹੜੀਆਂ ਲੱਗਦੀਆਂ ਆ ਵੀ ਇਹ ਆਉਣੀਆਂ ਬੰਦ ਹੋਣ ਪਰ ਕਹਿੰਦੇ ਵੀ ਇਵੈਂਚੁਅਲੀ ਇਦਾਂ ਫੈਸਲਾ ਸ਼ਾਇਦ ਲੈ ਰਹੇ ਆ ਵੀ ਜਿਹੜੀਆਂ ਸੈਂਕੜੇ ਗੀਸ ਆ ਉਹ ਜਿਹੜਾ ਖਲਾਰਾ ਗੰਦ ਪਾਉਂਦੀਆਂ ਆ ਉਸ ਨੂੰ ਮਾਰ ਕੇ ਹੀ ਹੁਣ ਕੰਮ ਮੁਕਾਇਆ ਜਾਵੇ ਕੈਨੇਡੀਅਨ ਗੀਸੇ ਹੈਗੀ ਆ ਉੱਥੇ ਜਿਹੜੀ ਕਿ ਉੱਥੇ ਬੀਚੀਜ਼ ਤੇ ਪਾਰਕਸ ਦੇ ਵਿੱਚ ਇਸ ਟਾਈਮ ਲੋੜੋਂ ਵੱਧ ਕਹਿੰਦੇ ਆ ਫੈਲ ਚੁੱਕੀ ਹੈਗੀ ਆ ਤੇ ਬਹੁਤ ਸਾਰੀਆਂ ਚੀਜ਼ਾਂ ਦੇ ਵਰਤਨ ਦੇ ਬਾਵਜੂਦ ਵੀ ਉੱਥੋਂ ਨਹੀਂ ਜਾ ਰਹੀ ਸੋ ਉਸ ਪ੍ਰੋਬਲਮ ਨੂੰ ਹਟਾਉਣ ਦੇ ਲਈ ਇਹ ਜਿਹੜਾ ਕਰਨਾ ਪੈ ਰਿਹਾ ਉੱਥੇ ਪਰ ਇੱਕ ਡਾਇਰੈਕਟ ਐਕਸ਼ਨ 에ਵਰੀਵੇਅਰ ਇੱਕ ਗਰੁੱਪ ਆ ਜਿਹੜਾ ਨੇਚਰ ਦੇ ਨਾਲ ਜਾਂ ਵਾਈਲਡ ਲਾਈਫ ਦੇ ਨਾਲ ਸੰਬੰਧਿਤ ਆ ਉਹਨਾਂ ਨੇ ਕਿਹਾ ਵੀ ਗੀਸ ਇਹ ਵੀ ਵਾਈਲਡ ਲਾਈਫ ਆ ਤੇ ਇਹਨਾਂ ਦੀ ਵੀ ਜ਼ਮੀਨ ਹੈਗੀ ਆ ਸੋ ਆਪਾਂ ਨੂੰ ਇਹ ਕਦਮ ਨਹੀਂ ਜਿਹੜਾ ਚੱਕਣਾ ਚਾਹੀਦਾ ਫਾਸਟਰ ਸਿਟੀ ਦਾ ਕਹਿੰਦੇ ਵੀ ਇਹ ਆਂਗਾ ਤੇ ਇਹਨਾਂ ਨੂੰ ਇਸ ਕਰਕੇ ਮਾਰਨਾ ਨਹੀਂ ਚਾਹੀਦਾ ਹੈਗਾ ਸੋ ਹਾਲ ਦੀ ਘੜੀ ਜੇ ਫੈਸਲਾ ਤਾਂ ਨਹੀਂ ਲਿਆ ਗਿਆ ਪਰ ਕਹਿੰਦੇ ਵੀ ਇੱਕ ਇੱਕ ਜਿਹੜੀ ਰਿਪੋਰਟ ਇਹ ਆ ਰਹੀ ਆ ਵੀ ਇਦਾਂ ਦੇ ਪਰਮਿਟ ਲੈਂਡ ਦੇ ਲਈ ਫਾਸਟਰ ਸਿਟੀ ਵੱਧ ਰਹੀ ਆ ਜਿਸ ਦੇ ਨਾਲ ਇਹਨਾਂ ਗੀਸ ਨੂੰ ਮਾਰਿਆ ਜਾ ਸਕੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੀ ਇਹ ਕੈਲੀਫੋਰਨੀਆ ਦੇ ਵਿੱਚ ਸਿਟੀ ਆਫ ਫਾਸਟਰ ਸਿਟੀ ਇੱਕ ਆ ਇਧਰ 101 ਇਧਰਲੇ ਪਾਸੇ ਨੂੰ ਜਿਹੜਾ ਉਹ ਬੇਦੇਰ ਦੇਰ ਦਾ ਬੇ ਸਿਟੀ ਬੇ ਏਰੀਆ ਦੀ ਸਿਟੀਆਂ ਦੇ ਵਿੱਚੋਂ ਆ ਉਥੋਂ ਦੀ ਸਿਟੀ ਹੁਣ ਸੋਚ ਰਹੀ ਆ ਵੀ ਜਿਹੜੀਆਂ ਉੱਥੇ ਗੀਸ ਹੈਗੀਆਂ ਆ ਉਹਨਾਂ ਨੂੰ ਮਾਰ ਦਿੱਤਾ ਜਾਵੇ ਲੋਕ ਕਹਿੰਦੇ ਤੰਗ ਪਰੇਸ਼ਾਨ ਆ ਗਏ ਸੀ ਉਹਨਾਂ ਦੀਆਂ ਡਰਾਪਿੰਗਸ ਤੋਂ ਬਿਠਾਂ ਤੋਂ ਆ ਕਹਿੰਦੇ ਵੀ ਉਹਨਾਂ ਨੇ ਲਾਈਟਸ ਫੈਨਸ ਡੌਗਸ ਕਈ ਕੁਝ ਜਿਹੜੇ ਆ ਉਹ ਤਰੀਕੇ ਵਰਤੇ ਵੀ ਇਹ ਜਿਹੜੀਆਂ ਗੀਸ ਹੈਗੀਆਂ ਆ ਬਤਾਂ ਕਰਗੀਆਂ ਜਿਹੜੀਆਂ ਲੱਗਦੀਆਂ ਆ ਵੀ ਇਹ ਆਉਣੀਆਂ ਬੰਦ ਹੋਣ ਪਰ ਕਹਿੰਦੇ ਵੀ ਇਵੈਂਚੁਅਲੀ ਇਦਾਂ ਫੈਸਲਾ ਸ਼ਾਇਦ ਲੈ ਰਹੇ ਆ ਵੀ ਜਿਹੜੀਆਂ ਸੈਂਕੜੇ ਗੀਸ ਆ ਉਹ ਜਿਹੜਾ ਖਲਾਰਾ ਗੰਦ ਪਾਉਂਦੀਆਂ ਆ ਉਸ ਨੂੰ ਮਾਰ ਕੇ ਹੀ ਹੁਣ ਕੰਮ ਮੁਕਾਇਆ ਜਾਵੇ ਕੈਨੇਡੀਅਨ ਧੀ ਸੇ ਹੈਗੀ ਆ ਉੱਥੇ ਜਿਹੜੀ ਕਿ ਉੱਥੇ ਬੀਚਿਸ ਤੇ ਪਾਰਕਸ ਦੇ ਵਿੱਚ ਇਸ ਟਾਈਮ ਲੋੜੋਂ ਵੱਧ ਕਹਿੰਦੇ ਆ ਫੈਲ ਚੁੱਕੀ ਹੈਗੀ ਆ ਤੇ ਬਹੁਤ ਸਾਰੀਆਂ ਚੀਜ਼ਾਂ ਦੇ ਵਰਤਨ ਦੇ ਬਾਵਜੂਦ ਵੀ ਉੱਥੋਂ ਨਹੀਂ ਜਾ ਰਹੀ ਸੋ ਉਸ ਪ੍ਰੋਬਲਮ ਨੂੰ ਹਟਾਉਣ ਦੇ ਲਈ ਇਹ ਜਿਹੜਾ ਕਰਨਾ ਪੈ ਰਿਹਾ ਉੱਥੇ ਪਰ ਇੱਕ ਡਾਇਰੈਕਟ ਐਕਸ਼ਨ 에ਵਰੀਵੇਰ ਇੱਕ ਗਰੁੱਪ ਆ ਜਿਹੜਾ ਨੇਚਰ ਦੇ ਨਾਲ ਜਾਂ ਵਾਈਲਡ ਲਾਈਫ ਦੇ ਨਾਲ ਸੰਬੰਧਿਤ ਆ ਉਹਨਾਂ ਨੇ ਕਿਹਾ ਵੀ ਗੀਸ ਇਹ ਵੀ ਵਾਈਲਡ ਲਾਈਫ ਆ ਤੇ ਇਹਨਾਂ ਦੀ ਵੀ ਜ਼ਮੀਨ ਹੈਗੀ ਆ ਸੋ ਆਪਾਂ ਨੂੰ ਇਹ ਕਦਮ ਨਹੀਂ ਜਿਹੜਾ ਚੱਕਣਾ ਚਾਹੀਦਾ ਫਾਸਟਰ ਸਿਟੀ ਦਾ ਕਹਿੰਦੇ ਵੀ ਇਹ ਆਂਗਾ ਤੇ ਇਹਨਾਂ ਨੂੰ ਇਸ ਕਰਕੇ ਮਾਰਨਾ ਨਹੀਂ ਚਾਹੀਦਾ ਹੈਗਾ ਸੋ ਹਾਲ ਦੀ ਘੜੀ ਜੇ ਫੈਸਲਾ ਤਾਂ ਨਹੀਂ ਲਿਆ ਗਿਆ ਪਰ ਕਹਿੰਦੇ ਵੀ ਇੱਕ ਇੱਕ ਜਿਹੜੀ ਰਿਪੋਰਟ ਇਹ ਆ ਰਹੀ ਆ ਵੀ ਇਦਾਂ ਦੇ ਪਰਮਿਟ ਲੈਂਡ ਦੇ ਲਈ ਫਾਸਟਰ ਸਿਟੀ ਵੱਧ ਰਹੀ ਆ ਜਿਸ ਦੇ ਨਾਲ ਇਹਨਾਂ ਗੀਸ ਨੂੰ ਮਾਰਿਆ ਜਾ ਸਕੇ